ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਅੱਜ ਜਿਹੜਾ ਹੈਗਾ ਲਖਵਾਲ ਪੈਦਲ ਕੀਤੀ ਹੈ ਧਰਨਾ ਬੰਦਾ ਸਿੰਘ ਕੀਤਾ ਜਾ ਰਿਹਾ ਨਾ ਕੀ ਮੁੱਖ ਮੰਗਾਂ ਇਹ ਜੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਵਾਲਾ ਇਹ ਪ੍ਰੋਗਰਾਮ ਇਕੱਠ ਕੀਤਾ ਅੱਜ ਆਲ ਪੰਜਾਬ ਦੇ ਵਿੱਚ ਸਾਰੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ ਦੇ ਅੱਗੇ ਰੋਸ ਪ੍ਰਦਰਸ਼ਨ ਹੋ ਰਿਹਾ ਔਰ ਕੇਂਦਰ ਸਰਕਾਰ ਦੇ ਪੁਤਲੇ ਫੂਕ ਰਹੇ ਆ ਕਿਉਂਕਿ ਸਾਡਾ 20 ਮਾਰਚ ਨੂੰ ਬਹੁਤ ਵੱਡਾ ਇਕੱਠ ਪਾਰਲੀਮੈਂਟ ਦੇ ਅੱਗੇ ਹੋ ਰਿਹਾ ਜਿਹਦੇ ਤੋਂ ਕੇਂਦਰ ਸਰਕਾਰ ਪੂਰੀ ਘਬਰਾਹਟ ਦੇ ਵਿੱਚ ਹੈ ਘਬਰਾਹਟ ਦੇ ਵਿੱਚ ਹੋਣ ਕਰਕੇ ਕਿਉਂਕਿ ਸਾਡਾ 3-2 ਮਹੀਨੇ ਪਹਿਲਾਂ ਦਾ ਪ੍ਰੋਗਰਾਮ ਦਿੱਤਾ ਹੋਣ ਕਰਕੇ ਤੇ ਕੇਂਦਰ ਸਰਕਾਰ ਪੂਰੀ ਘਬਰਾਹਟ ਹੋਣ ਦੇ ਕਰਕੇ ਸਾਡੇ ਕਿਸਾਨ ਨੇਤਾਂ ਦੇ ਘਰਾਂ ਦੇ ਵਿੱਚ CBI ਤੇ ED ਦੇ ਛਾਪੇ ਕਰ ਰਹੀ ਹੈ ਕਿਉਂਕਿ ਇੱਕ ED ਤੇ CBI ਕੇਂਦਰ ਦੇ ਕੋਲੇ ਦੋ ਏਜੰਸੀਆਂ ਜਿਨ੍ਹਾਂ ਨੂੰ ਦਬਾ ਕੇ ਵੀ ਸਾਡੇ ਕਿਸਾਨ ਮੋਰਚੇ ਨੂੰ ਕਮਜ਼ੋਰ ਕਰਨ ਵਾਸਤੇ ਤੋੜਨ ਵਾਸਤੇ ਉਹਨਾਂ ਨੂੰ ਵਰਤ ਰਹੀ ਹੈ ਜੇ ਕੋਈ ਹਰ ਕਿਸੇ ਨਹੀਂ ਹੋਣ ਦਿੱਤਾ ਜਾਊਗਾ ਕਿਉਂਕਿ ਸਾਡਾ ਸੰਯੁਕਤ ਕਿਸਾਨ ਮੋਰਚਾ ਦਿਨ ਬ ਦਿਨ ਬਹੁਤ ਚੜ੍ਹਦੀਆਂ ਗੱਲਾਂ ਵਿੱਚ ਜਾ ਰਿਹਾ ਇਹ ਜਿਹੜਾ 20 ਮਾਰਚ ਦਾ ਪ੍ਰੋਗਰਾਮ ਅਸੀਂ ਰੱਖ ਰਹੇ ਹਾਂ ਇਹਦੇ ਵਿੱਚ ਜਿਹੜੇ ਸਾਡੇ ਲਖਵੀਰਪੁਰ ਖੀਰੀ ਦੇ ਵਿੱਚ ਜਿਹੜੇ ਕਿਸਾਨ ਸਾਡੇ ਸ਼ਹੀਦ ਹੋਏ ਸੀ ਉਹਨਾਂ ਨੂੰ ਔਰ ਜਦੋਂ MSP ਦੀਆਂ ਸਾਡੀਆਂ ਖਰੀਦ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਬਾਬਤ ਉਹਨਾਂ ਦੇ ਸਬੰਧ ਦੇ ਵਿੱਚ ਅਸੀਂ ਇਹ 20 ਮਾਰਚ ਦਾ ਪ੍ਰੋਗਰਾਮ ਕਰ ਰਹੇ ਹਾਂ ਇਹ ED ਦੇ ਸਰਬ ਸਰਦਾਰ ਸਾਡੇ ਹਰਜਿੰਦਰ ਸਿੰਘ ਜੀ ਲੱਖੋਵਾਲ ਉਹਨਾਂ ਦੇ ਘਰ ਸਤਨਾਮ ਸਿੰਘ ਜੀ ਬਰੂ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਲੀਡਰ ਆ ਉਹਨਾਂ ਨੂੰ ਘਰਾਂ ਦੇ ਵਿੱਚ ਛਾਪੇ ਮਾਰ ਕੇ ਹਾਲਾਂਕਿ ਘਰਾਂ ਦੇ ਵਿੱਚੋਂ ਕੁਝ ਵੀ ਨਹੀਂ ਲੱਭਿਆ ਜੋ ਲਿਸਟ ਮੁਤਾਬਕ ਉਹਨਾਂ ਦੇ ਆਏ ਆ 70 ਬੰਦਿਆਂ ਦੀ ਲਿਸਟ ਆ ਉਹਦੇ ਵਿੱਚ ਜੇ ਕੋਈ ਘਟਾਲਾ ਹੋਇਆ ਉਹਦੇ ਵਿੱਚ ਸਾਡੇ ਕਿਸਾਨ ਆਗੂਆਂ ਦਾ ਕੁਝ ਵੀ ਲੈਣਾ ਦੇਣਾ ਨਹੀਂਗਾ ਉਹ ਇਸ ਗੱਲ ਨੂੰ ਕਰਕੇ ਅੱਜ ਦਾ ਫੈਸਲਾ ਲਿਆ ਜੋ ਜਾਣਕਾਰੀ ਅੱਜ ਤੁਸੀਂ ਸੈਂਟਰ ਸਰਕਾਰ ਦਾ ਪੁਤਲਾ ਸਾੜਦੇ ਹੋ ਕੀ ਲੋੜ ਪੈ ਗਈ ਤੁਹਾਨੂੰ ਅੱਜ ਜਿਹੜਾ ਪੁਤਲਾ ਸਾੜਨ ਦੀ ਅਸੀਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ ਜੋ ਐਫੀਲੇਟਡ ਜਥੇਬੰਦੀਆਂ ਉਹ ਅੱਜ DC ਕਚਹਿਰੀ ਮੋਗਾ ਵਿਖੇ ਪ੍ਰਧਾਨ ਮੰਤਰੀ ਦਾ ਪੁਤਲਾ ਫੂਕ ਰਹੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਰਹੇ ਹੈ ਕਿ ਸਾਡੇ ਕਿਸਾਨ ਯੂਨੀਅਨ ਦੇ ਉੱਤੇ ਸਾਡੇ ਸੰਯੁਕਤ ਮੋਰਚੇ ਦੇ ਹਿੱਸਿਆਂ ਦੇ ਉੱਤੇ ਸਾਨੂੰ ਪਾੜਨ ਵਾਸਤੇ ਸਾਨੂੰ ਡਰਾਉਣ ਧਮਕਾਉਣ ਵਾਸਤੇ ਜਿੱਥੇ ਅੱਗੇ ਪੋਲੀਟੀਕਲ ਪਾਰਟੀਆਂ ਦੇ ਉੱਤੇ ED ਦੀ ਵਰਤੋਂ ਕੀਤੀ ਜਾਂਦੀ ਸੀ CBI ਦੀ ਵਰਤੋਂ ਕੀਤੀ ਜਾਂਦੀ ਸੈਂਟਰ ਸਰਕਾਰ ਵੱਲੋਂ ਅੱਜ ਸੰਯੁਕਤ ਕਿਸਾਨ ਮੋਰਚੇ ਨੂੰ ਤੋੜਨ ਵਾਸਤੇ ਕੀਤੀ ਜਾ ਰਹੀ ਹੈ ਜਥੇਬੰਦੀਆਂ ਦੇ ਦੋ ਸਿਰਮੌਰ ਆਗੂ ਹਰਿੰਦਰ ਸਿੰਘ ਲੱਖੋਵਾਲ ਤੇ ਸਤਨਾਮ ਸਿੰਘ ਬਹਿਰੂ ਉਹਨਾਂ ਦੇ ਘਰਾਂ ਤੇ ਛਾਪੇ ਮਾਰੇ ਗਏ ਲੱਭਿਆ ਕੱਖ ਨਹੀਂ ਸਿਰਫ ਇੱਕ ਹਰਾਸਮੈਂਟ ਕੀਤੀ ਗਈ ਤਾਂ ਕਿ ਦੂਜਿਆਂ ਨੂੰ ਡਰਾਇਆ ਜਾ ਸਕੇ ਮੈਂ ਸੈਂਟਰ ਸਰਕਾਰ ਨੂੰ ਤੁਹਾਡੇ ਮੀਡੀਆ ਰਾਹੀਂ ਆਗਾਹ ਕਰ ਦੇਣਾ ਚਾਹੁੰਦਾ ਕਿ ਅਸੀਂ ਉਹੋ ਹੀ ਲੋਕ ਹਾਂ ਜੋ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਗਾਜ਼ੀਪੁਰ ਬਾਰਡਰ ਤੇ ਬੈਠ ਕੇ ਤੁਹਾਡੇ ਤੋਂ 3 ਕਾਲੇ ਕਾਨੂੰਨ ਵਾਪਸ ਕਰਾ ਕੇ ਆਏ ਹਾਂ ਔਰ ਰਹਿੰਦੀਆਂ ਮੰਗਾਂ ਜਿਹੜੀਆਂ MSP ਨੂੰ ਕਾਨੂੰਨੀ ਮਾਨਤਾ ਦੇਣੀ ਔਰ ਜਿਹੜੇ ਪਰਚੇ ਸਾਡੇ ਲੀਡਰਾਂ ਤੇ ਉਹਨਾਂ ਨੂੰ ਵਾਪਸ ਕਰਾਉਣਾ ਜਿਹੜੇ ਸਾਡੇ ਸ਼ਹੀਦ ਹੋਏ ਉਹਨਾਂ ਨੂੰ ਮੁਆਵਜ਼ਾ ਦੇਣਾ ਤੇ ਸਵਾਮੀਨਾਥਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਾਉਣਾ ਸਾਡੀਆਂ ਮੰਗਾਂ ਤੁਹਾਡੇ ਨਾਲ ਪੈਂਡਿੰਗ ਹੈ ਉਹਦੇ ਵਾਸਤੇ ਅਸੀਂ ਜਦੋਂ ਤਜਿਆਦ ਨੂੰ ਦੁਬਾਰਾ ਸ਼ੁਰੂ ਕਰ ਰਹੇ ਹਾਂ ਤੁਸੀਂ ਸਾਡਾ ਹੌਸਲਾ ਪਸਤ ਕਰਨਾ ਚਾਹੁੰਦੇ ਹੋ ਸਾਡਾ ਹੌਸਲਾ ਪਸਤ ਨਹੀਂ ਹੋਣਾ ਕਿਉਂਕਿ ਅਸੀਂ ਮੰਨੂ ਦੀ ਰਾਤਰੀ ਅਸੀਂ ਮੰਨੂ ਦੇ ਸੋਏ ਜਿਉਂ ਜਿਉਂ ਮੰਨੂ ਵੱਢਦਾ ਸੀ ਦੂਣ ਸੁਆਏ ਹੋਏ ਜਿਵੇਂ ਜਿਵੇਂ ਸੈਂਟਰ ਸਾਡੇ ਤੇ ਤਸ਼ੱਦਦ ਕਰੇਗਾ ਸਾਡਾ ਇੱਕ ਮਜ਼ਬੂਤ ਹੋਏਗਾ ਅਸੀਂ ਕਿਸੇ ਵੀ ਕੀਮਤ ਆਪਣੇ ਲੀਡਰਾਂ ਦੇ ਉੱਤੇ ED ਦਾ ਛਾਪਾ ਜਾਂ CBI ਦਾ ਛਾਪਾ ਨਹੀਂ ਪੈਣ ਦੇਣਾ ਅਸੀਂ ਇੱਕ ਰਹਾਂਗੇ ਔਰ ਉਦੋਂ ਤੱਕ ਇੱਕ ਰਹਾਂਗੇ ਜਦ ਤੱਕ ਕਿਸਾਨਾਂ ਦੀਆਂ ਕੁੱਲ ਮੰਗਾਂ ਮੰਗਣੀਆਂ ਨਹੀਂ ਜਾਂਦੀਆਂ ਹਾਂਜੀ ਕਿਉਂ ਛਾਪੇ ਪੈ ਰਹੇ ਨੇ ਕਿਸਾਨ ਯੂਨੀਅਨ ਉੱਤੇ ਸਿਰਫ ਸਾਡੇ ਇੱਕ ਨੂੰ ਤੋੜਨ ਵਾਸਤੇ ਜਿਸ ਤਰ੍ਹਾਂ ਪੋਲੀਟੀਕਲ ਪਾਰਟੀਆਂ ਨੇ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਹੈ ਉਹਨਾਂ ਨੂੰ ਨਾਰ ਲਾਉਣ ਲਈ ਉਹਨਾਂ ਦੇ ਘਰਾਂ ਤੇ ਛਾਪੇ ਮਾਰ ਜਾਂਦੇ ਇੱਕ ਸਾਡੇ ਤੇ ਵੀ ਇਹਨਾਂ ਨੇ ਤਜਰਬਾ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਦਹੀਂ ਦੇ ਭੁਲੇਖੇ ਕਪਾਹ ਦੇ ਫੁੱਟਾਂ ਨੂੰ ਮੂੰਹ ਪਾ ਬੈਠੇ ਆ ਇਹਨਾਂ ਨੂੰ ਵੜੇਵੇਂ ਚੰਬੜੇ ਪੈਣਗੇ ਅਗਲਾ ਸੰਘਰਸ਼ ਤੁਹਾਡਾ ਕੀ ਹੋਏਗਾ ਜੇ ਤੁਹਾਡੀਆਂ ਮੰਗਾਂ ਨਹੀਂ ਪੂਰੀਆਂ ਅਸੀਂ 20 ਨੂੰ ਪਾਰਲੀਮੈਂਟ ਤੇ ਘੇਰ ਰਹੇ ਹਾਂ ਦਿੱਲੀ ਦੀ 20 ਨੂੰ ਅਸੀਂ ਪਾਰਲੀਮੈਂਟ ਘੇਰ ਰਹੇ ਹਾਂ ਦਿੱਲੀ ਜਾ ਰਹੇ ਹਾਂ ਇੱਕ ਸੰਕੇਤ ਹੜਤਾਲ ਵਾਸਤੇ ਕਿ ਬੰਦੇ ਬਣ ਜਾਓ ਸਾਡੀਆਂ ਮੰਗਾਂ ਮੰਨ ਲਓ ਤਾਂ ED ਦੇ ਛਾਪੇ ਬੰਦ ਕਰ ਦਿਓ ਨਹੀਂ ਤਾਂ ਪਹਿਲੋਂ ਵਾਂਗੂ ਸਿੰਘੂ ਬਾਰਡਰ ਟਿੱਕਰੀ ਬਾਰਡਰ ਗਾਜ਼ੀਪੁਰ ਬਾਰਡਰ ਮੰਨਾਂਗੇ ਜਿਹੜੀ ਮੰਗ ਪੱਤਰ ਉਹ ਪ੍ਰਾਪਤ ਕਰ ਲਿਆ ਹੈ ਇਹ ਜਿਹੜੀ ਕਿਸਾਨਾਂ ਤੇ ED ਵਗੈਰਾ ਦੀ ਛਾਪੇਮਾਰੀ ਹੋ ਰਹੀ ਉਹਦੇ ਵਿਰੋਧ 'ਚ ਇਹਨਾਂ ਨੇ ਰਾਸ਼ਟਰਪਤੀ ਸਾਹਿਬ ਦੇ ਨਾਮ ਦਾ ਦਿੱਤਾ ਹੈ ਜਿਹੜਾ ਅੱਜ ਅਸੀਂ ਇਹ ਸਰਕਾਰ ਨੂੰ ਭੇਜ ਦਾਂਗੇ ਕੀ ਗੱਲ ਕੀ ਮੰਗਾਂ ਰੱਖੀਆਂ ਨੇ ਜੀ ਇਹਨਾਂ ਨੇ CBI ਤੇ ED ਦੀ ਹਰਾਸਮੈਂਟ ਹੈ ਦੋਨਾਂ ਦੋਹੇ ਇਸ਼ੂ ਹੈ ਇਹਨਾਂ ਦੇ ਉਹ ਬੰਦ ਕੀਤੇ ਜੇ ਉਹਨਾਂ ਨੂੰ ਬੰਦ ਕੀਤਾ ਜਾਵੇ ਠੀਕ ਹੈ